पहली पातशाही धन श्री गुरु नानक देव जी का 551वां जिहड़ा गुरपुरब है अज अते अज दे दिन देश दुनिया विच इस गुरपुरब नूं बड़ी ही धूमधाम दे नाल जिहड़ा है मनाया जा रहा है। लेकिन दूसरे पासे अगर गल की जाए लाइफ केयर वैलफेयर एजुकेशन सोसाइटी की तो उन्हां वल्लों एक अजिहे परिवार को आके अज दे दिन नूं सैलीब्रेट किया जा रहा है जिस परिवार च दो भैन भरा है तो दोने अखां तो वांझे है उन्हां दी अखां दी रोशनी नहीं है तो उन्हां नूं उन्हां दे घर एक 14 तो 16 सालों के एक लड़की है जिसकी 14 तो 16 सालों की उम्र दसी जा रही है। उस लड़की वालों ही उन्होंने दोवों की देखरेख की जा रही है तो मंग के जड़ा गुजारा किया जा रहा है। उस घर के बाहर हाँ घर के तहूँ जोड़े है हालात है वो दिखावे घर के अंदर जोड़े लाइफ केयर वैलफेयर एजुकेशन सोसायटी के मैंबर जोड़े पहुँचे है उन्होंने जरूरत का जोड़ा है समान है वह दिता जा रहा है। कि घर के हालातों की गल करिए बद तो बदतर जोड़े है हालात होए पे एक छोटी जी लड़की ही जी है दोवें भैन भरावान हैंडल करती है उन्होंने देखरेख करती है। असी घर के अंदर मौजूद हाँ तुम देख सकते हो कि जड़ी अखां तो वांझी एक औरत है वह बिस्तरे ते है ते घर दे हालातों तो तुसी अंदाजा लगा सकते हो कि किस तरह की जिंदगी ये परिवार जड़ी है वह बतीत करता होगा। अगर घर के चुल्हे की गल करिए घर चुल्हा भी नहीं है 3-4 इट्टा रख के जड़ा है चुल्हा बनाया गया तो उस तो इस चुल्हे के उत्तों ही जड़ा रोटी टुक करके अपने परिवार का जड़ा है गुजारा करते हैं। साढ़े नाल लाइफ केयर वैलफेयर एजुकेशन सोसाइटी के प्रधान कश्मीर सहोता जी मौजूद ने गलबात करते हैं। सहोता साहब किस तरह पता लगा इस परिवार के बारे जी? सत श्री अकाल जी, कश्मीर सिंह सहोता प्रेजिडेंट लाइफ केयर एजुकेशन वैलफेयर सोसायटी। सर पिछले दिन एक वीडियो वायरल हो रही सोशल मीडिया से एक ब्लाइंड फैमिली की कि यह परिवार है दो जी है भैन भरा जिहड़े मंग के गुजारा करते इन्हां दी एक 14 साल की बेटी है जो बाइक चला के रेहड़ी दे उत्ते इन्हां नूं बिठा के ते बाजारां च खड़दी है ते मंग के गुजारा करदे आ डेली मंग के लिआउंदे आ ते गुजारा करदे जी। ਤਾਂ ਫਿਰ ਕਿਸ ਤਰ੍ਹਾਂ ਤੁਸੀਂ ਇਸ ਪਰਿਵਾਰ ਨਾਲ ਪਹੁੰਚ ਕੀਤੀ? ਕਿੱਥੋਂ ਪਤਾ ਲੱਗਾ ਕਿ ਇਹ ਪਰਿਵਾਰ ਇਸ ਪਿੰਡ 'ਚ ਰਹਿੰਦਾ ਹੈ ਜਾਂ ਕਿਸ ਤਰ੍ਹਾਂ ਸਾਰਾ ਪਤਾ ਲੱਗਾ? ਜੀ ਸਰ, ਸਭ ਤੋਂ ਪਹਿਲਾਂ ਤਾਂ ਉਹ ਵੀਡੀਓ ਵੇਖਣ ਤੋਂ ਬਾਅਦ ਅਸੀਂ ਇੱਕ ਮੀਟਿੰਗ ਕੀਤੀ ਸੀ ਸੁਸਾਇਟੀ ਮੈਂਬਰਾਂ ਦੇ ਡਾਕਟਰ ਕੋਰਵਿਸ਼ਾਲ ਜੀ, ਮਨਦੀਪ ਸਿੰਘ ਜੀ, ਸੰਦੀਪ ਸੰਧੂ ਜੀ, ਸਾਰੀ ਟੀਮ ਨੇ ਰਲ ਕੇ ਇੱਕ ਮੀਟਿੰਗ ਕੀਤੀ ਕਿ ਇਸ ਪਰਿਵਾਰ ਨੂੰ ਲੱਭਿਆ ਜਾਵੇ, ਜੇ ਪਰਿਵਾਰ ਉਹ ਲੱਭ ਜਾਂਦਾ ਤਾਂ ਇਹਦੀ ਮਦਦ ਕੀਤੀ ਜਾਵੇ। ਅਤੇ ਉਸ ਵੇਲੇ ਡਿਸਾਈਡ ਹੋ ਗਿਆ ਸੀ ਅਤੇ ਮੈਂ ਅਤੇ ਚੇਅਰਮੈਨ ਦੀਪਕ ਸੂਰੀ ਜੀ ਤੁਰੰਤ ਅਸੀਂ ਪਿੰਡਾਂ 'ਚ ਭਾਲ ਕੀਤੀ ਅਤੇ ਤਕਰੀਬਨ ਸ਼ਾਮੀ 5 ਵਜੇ ਸਾਨੂੰ ਇਹ ਘਰ ਲੱਭ ਗਿਆ ਸੀ। ਘਰ ਪਹੁੰਚ ਕੇ ਇਸ ਪਰਿਵਾਰ ਨਾਲ ਗੱਲਬਾਤ ਕੀਤੀ, ਘਰ ਦੇ ਹਾਲਾਤ ਵੇਖੇ। ਸਭ ਤੋਂ ਹਾਲਾਤ ਜਿਹੜੇ ਮਾੜੇ ਲੱਗੇ ਸੀ ਕਿ ਇੱਟਾਂ ਦਾ ਚੁੱਲ੍ਹਾ ਰੱਖ ਕੇ ਰੋਟੀ ਪਕਾਉਂਦੇ ਸੀ ਅਤੇ ਜਿਹਦੇ ਕਰਕੇ ਸਾਨੂੰ ਇਹ ਸਾਰਾ ਪ੍ਰਬੰਧ ਜਲਦੀ ਤੋਂ ਜਲਦੀ ਕਰਨਾ ਪਿਆ। ਅਗਰ ਅੱਜ ਗੱਲ ਕੀਤੀ ਜਾਏ ਤਾਂ ਕੀ ਸਮਾਨ ਤੁਸੀਂ ਪਰਿਵਾਰ ਵਾਸਤੇ ਲੈ ਕੇ ਆਏ ਜੀ? ਜੀ ਜੀ, ਬਾਬੇ ਨਾਨਕ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦਾ ਜਨਮ ਦਿਨ ਵੀ ਆ ਅਤੇ ਇਹ ਦਿਨ ਹੀ ਗੁਰਪੁਰਬ ਦੇ ਸੰਬੰਧਿਤ ਰੱਖਿਆ ਗਿਆ ਹੈ ਵੀ ਇਸ ਦਿਨ ਹੀ ਇਹ ਪਰਿਵਾਰ ਨੂੰ ਰਾਸ਼ਨ ਸਮੱਗਰੀ ਦੇਣੀ ਹੈ। ਇਹਨਾਂ ਵਾਸਤੇ ਜੀ 3 ਜੀ ਨੇ ਅਤੇ 3 ਹੀ ਬਿਸਤਰੇ ਆ, ਨਵੇਂ ਬਿਸਤਰੇ ਲਿਆਉਂਦੇ ਆ। ਨਾਲ ਹੀ ਇਹਨਾਂ ਦੇ 3 ਪਰਿਵਾਰਾਂ ਦੇ ਮੈਂਬਰਾਂ ਦੇ ਕੱਪੜੇ ਨੇ, ਬੂਟ, ਜਰਾਬਾਂ ਨੇ, ਗੈਸ ਚੁੱਲ੍ਹਾ ਅਤੇ ਕਰੀਬ 2 ਤੋਂ 3 ਮਹੀਨੇ ਦਾ ਇਹਨਾਂ ਦਾ ਰਾਸ਼ਨ ਵੀ ਹੈਗਾ ਸਾਡੇ ਕੋਲ ਜਿਹੜਾ ਅਸੀਂ ਇਸ ਪਰਿਵਾਰ ਲਈ ਲੈ ਕੇ ਆਏ ਹਾਂ। ਜਦੋਂ ਤੁਸੀਂ ਇਸ ਪਰਿਵਾਰ ਲਈ ਰਾਸ਼ਨ ਦਾ ਸਮਾਨ ਲੈ ਕੇ ਆਏ, ਸਾਰੀ ਸਮੱਗਰੀ ਲੈ ਕੇ ਆਏ ਅਤੇ ਪਰਿਵਾਰ ਦੇ ਚਿਹਰੇ 'ਤੇ ਕਿੰਨੀ ਕੁ ਖੁਸ਼ੀ ਦੇਖੀ? ਦੇਖੋ ਜੀ, ਪਰਿਵਾਰ 'ਚ ਖਾਸ ਕਰਕੇ ਬੇਟੀ ਦੇਖ ਸਕਦੀ ਹੈ, 16 ਸਾਲਾਂ ਦੀ ਬੇਟੀ ਆ, ਅਤੇ ਜਦੋਂ ਉਹਨੇ ਗੇਟ ਖੋਲ੍ਹ ਕੇ ਦੇਖਿਆ ਕਿ ਮੇਰੇ ਪਰਿਵਾਰ ਲਈ ਸਾਡੇ ਲਈ ਸਮਾਨ ਕਾਫੀ ਆਇਆ, ਤਾਂ ਚਿਹਰੇ 'ਤੇ ਬੇਟੀ ਦੇ ਦਿਨ ਬਹੁਤ ਸਾਰੀ ਰੌਣਕ ਸੀ ਔਰ ਉਹ ਰੌਣਕ ਵੇਖ ਕੇ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਸ਼ਾਇਦ ਅਸੀਂ ਅੱਜ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਕੋਈ ਸ਼ੁਭ ਕੰਮ ਕੀਤਾ ਅਤੇ ਮਨ ਨੂੰ ਬੜੀ ਸ਼ਾਂਤੀ ਮਿਲੀ ਇਸ ਪਰਿਵਾਰ ਦੇ ਚਿਹਰੇ 'ਤੇ ਖੁਸ਼ੀ ਵੇਖ ਕੇ। ਖਾਸ ਕਰਕੇ ਉਸ ਬਲਾਈਂਡ ਵੀਰ ਦੇ ਜਿਹੜਾ ਅੱਖਾਂ ਤੋਂ ਵੇਖ ਨਹੀਂ ਸਕਦਾ ਲੇਕਿਨ ਉਹਨੂੰ ਵੀ ਪਤਾ ਕਿ ਮੇਰੇ ਘਰ 'ਚ ਰਾਸ਼ਨ, ਬਿਸਤਰੇ ਅਤੇ ਹੋਰ ਸਮਾਨ ਆਇਆ, ਉਹਦੇ ਚਿਹਰੇ 'ਤੇ ਵੀ ਰੌਣਕ ਹੈ ਕਿ ਸ਼ਾਇਦ ਸਾਡੇ 2-3 ਮਹੀਨੇ ਸੌਖੇ ਲੰਘਣਗੇ ਅਤੇ ਜਿਹੜੀ ਉਹਨਾਂ ਦੇ ਕੱਪੜਿਆਂ ਅਤੇ ਬਿਸਤਰਿਆਂ ਦਾ ਵਾ ਉਹ ਇਹ ਸਰਦੀਆਂ ਇਹਨਾਂ ਦੀਆਂ ਬੜੀਆਂ ਵਧੀਆ ਨਿਕਲ ਜਾਣੀ। ਇੰਨਾ ਕੁ ਅਸੀਂ ਮਟੀਰੀਅਲ ਅੱਜ ਲੈ ਕੇ ਆਏ ਹਾਂ ਜੀ। ਬਿਲਕੁਲ, ਜਿਹੜਾ ਮਟੀਰੀਅਲ ਹੈ ਜੋ ਸਮਾਨ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ, ਬੂਟ ਹੈ, ਰਜਾਈ ਹੈ ਅਤੇ ਖਾਣ ਪੀਣ ਦੀ ਸਮੱਗਰੀ ਹੈ ਅਤੇ ਹੋਰ ਜਿਹੜਾ ਸਮਾਨ ਹੈ, ਗੈਸ ਚੁੱਲ੍ਹਾ ਵੀ ਜਿਹੜਾ ਛੋਟਾ ਉਹ ਵੀ ਮੌਜੂਦ ਹੈ ਕਿਉਂਕਿ ਤੁਹਾਨੂੰ ਦਿਖਾਇਆ ਕਿ ਜਿਹੜਾ ਘਰ ਦਾ ਇਹਨਾਂ ਦਾ ਚੁੱਲ੍ਹਾ ਸੀ ਉਹ 3-4 ਇੱਟਾਂ 'ਤੇ ਰੱਖ ਕੇ ਜਿਹੜਾ ਘਰ ਦਾ ਰੋਟੀ ਬਣਾਉਂਦੇ ਸੀ। ਹੁਣ ਜਿਹੜਾ ਇਸ ਸੁਸਾਇਟੀ ਵੱਲੋਂ ਇਹਨਾਂ ਨੂੰ ਗੈਸ ਚੁੱਲ੍ਹਾ ਵੀ ਦਿੱਤਾ ਗਿਆ। ਪਰਿਵਾਰ ਦੇ ਮੈਂਬਰ ਮੌਜੂਦ ਨੇ ਹਜੇ, ਹਾਲਾਂਕਿ ਅੱਖਾਂ ਤੋਂ ਵਾਂਝੇ ਆ ਲੇਕਿਨ ਗੱਲਬਾਤ ਅਸੀਂ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਦਲਵੀਰ ਸਿੰਘ। ਦਲਵੀਰ ਸਿੰਘ ਜੀ, ਅੱਜ ਇੰਨਾ ਸਮਾਨ ਆਇਆ ਹਾਲਾਂਕਿ ਦੇਖ ਨਹੀਂ ਸਕਦੇ ਲੇਕਿਨ ਮਹਿਸੂਸ ਕਰ ਸਕਦੇ ਜੇ, ਕੀ ਕਹੋਗੇ? ਧੰਨਵਾਦ ਬਹੁਤ ਤੁਹਾਡਾ ਜੀ, ਸ਼ੁਕਰੀਆ ਮਾਲਕ ਦਾ, ਗੁਰੂ ਦਾ, ਖੂਬ ਮਾਲਕ, ਬਹੁਤ ਸ਼ੁਕਰ ਤੁਹਾਡਾ। ਅਗਰ ਤੁਹਾਡੀ ਅੱਖਾਂ ਦੀ ਰੋਸ਼ਨੀ ਦੀ ਗੱਲ ਕਰੀਏ ਤਾਂ ਕਦੋਂ ਤੋਂ ਅੱਖਾਂ ਦੀ ਰੋਸ਼ਨੀ ਤੁਹਾਡੀ ਗਈ? 11 ਸਾਲਾਂ ਦਾ ਹਾਂ, ਜਦੋਂ ਲਾਈਟ ਬੰਦ ਹੋਈ ਆ ਅਤੇ ਬਾਅਦ 'ਚ ਸ਼ਾਦੀ ਹੋਈ ਆ ਮੇਰੀ, ਕੋਈ
18 साल जो शादी हो गई मेरी बाद थोड़ा चिर बाद मेरी घर की मर जाती है। उस तो बाद 11वां साल मेरी माँ जान दिया मरी नूं बापू पहलों चल गया सी रब के घर। दो बच्चे दोवें भैणां ने रख ले कमाई करके उन्होंने खवाउंदे सड़कों नहीं। फिर किस तरह घर का गुजारा किस तरह चलता? धी नूं लेके 16 साल की मेरी धी आ उन्हूं लेके बाजारां च लेके दुकानां दे गदा गदा करके दस दस पाँच पाँच कोई दिंदा कोई नहीं भी दिंदा कोई गाल कढ़दा कुड़ी दी कोई भैण दी कोई माँ दी वह भी सत करके झोली च पौनियां पैंदियां जी। फिर जिहड़ी इक तुहाडे अंदर सिस्टर है भैण है उहदियां भी अक्खां दी लाइट नहीं हैगी उहदी अक्खां दी लाइट कदों गई? उहदी भी अक्खां दी लाइट 20 साल दी सी उह ते उहदी उदों लाइट बंद होई आ उन्हों भी नहीं जड़िया भैन दूजिया दो चंगिया भलिया वा वह भी नहीं कोई लागे लगदियाँ साढ़े रोटी पानी नहीं कोई पासा नहीं साढ़ा थलदियाँ बस वो कमाई वालिया वा उन्हों गड्डिया मोटर चलन दियाँ वा मुंडे राज मिस्त्री बाहर गए दुबई च कोई कोई आस्ट्रेलिया च गया वा कोई कदे गया कोई कदे गया वा बड़ा काम सोहना उन्होंने चलन दिया साडे आखे नहीं कोई भी सानू नहीं कोई दे रहा कोई रोटी पानी वास्ते जां कोई पैसा धेला जां कोई लीड़ा कपड़ा ना कोई भी नहीं देता। फिर अज इन्ना समान आया सोसाइटी वालों किन्नी कु खुशी हुई? बहुत खुशी हुई जी बहुत धन बहुत हदों वध खुशी हो गई है जी। सो साडे नाल सोसाइटी दे होर भी मैंबर मौजूद है केशव जी मौजूद है केशव जी की कहोगे जदों इदां दे परिवारां दी मदद करदे जे किन्नी कु दिल नूं संतुष्टि मिलदी? सब तो पहला तो मैं गुरपुरब के मौके के उत्ते लाइफ केयर एजुकेशन सोसायटी के जोड़े चेयरमैन ने श्री दीपक सूरी जी उन्होंने बहुत बहुत बधाई देना कि बड़ा अच्छा उपराला उन्होंने किया जिस तरह कि साढ़े गुरु साहबान जी दी टीचिंग्स ने कि जी दीन दुखिया की दी सेवा ही जी सब तो सुची दे वधिया सेवा उसनों अपन अपनाना चाहिए। और जो पता लगा सी साढ़े नाल जोड़े हरप्रीत सिंह खालसा जी ISF के वाइस प्रधान भी पहुँचे ने और मैं सारे ही जोड़े सोसायटी के मैंबर साहबानों सत्कारयोग ਨੂੰ ਬੇਨਤੀ ਕਰਦਾ ਕਿ ਜ਼ਰੂਰ ਦਸਵੰਧ ਕੱਢ ਕੇ ਇਸ ਤਰੀਕੇ ਦੇ ਪਰਿਵਾਰਾਂ ਦੀ ਮਦਦ ਕਰਿਆ ਕਰੋ। ਔਰ ਇਹਨਾਂ ਦੇ ਪਰਿਵਾਰ ਦੇ ਹਾਲਾਤ ਦੇਖ ਕੇ ਇੱਕ ਬੜਾ ਦੁੱਖ ਵੀ ਹੋਇਆ ਕਿ ਇੱਕ 16 ਸਾਲ ਦੀ ਬੇਟੀ ਜਿਹੜੀ ਆ ਮੰਗ ਕੇ ਗੁਜ਼ਾਰਾ ਕਰਦੀ ਹੈ ਫਾਦਰ ਸਾਹਿਬ ਜਿਹੜੇ ਦੇਖ ਨਹੀਂ ਸਕਦੇ। ਔਰ ਬੜਾ ਅੱਛਾ ਉਪਰਾਲਾ ਸੋਸਾਇਟੀ ਦਾ ਅੱਜ ਇਹਨਾਂ ਨੂੰ ਅਸੀਂ ਸ਼ੂਜ਼ ਇਹਨਾਂ ਨੂੰ ਜਿਹੜੇ ਗਰਮ ਕੱਪੜੇ ਰਾਸ਼ਨ ਦਿੱਤਾ ਪ੍ਰੋਵਾਈਡ ਕੀਤਾ। ਔਰ ਬਤੌਰ ਕੀ ਕਹਿੰਦੇ ਆ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ 'ਚ ਟੀਚਰ ਹੋਣ ਦੇ ਨਾਤੇ मैं प्रोमिस करदा सोता साहब नूं भी ते दीपक सूरी जी नूं भी कि जिथे भी बच्चे की पढ़ाई दी लई कोई चीज़ की हैल्प की जरूरत होएगी मैं इन्हां दी पूरी जिहड़ी है इन्हां दी मदद लई तैयार हाँ मोढ़े नाल मोढ़ा ला के जिहड़ा असीं इन्हां दी मदद करांगे। बेटी का कहना सी कि उहदा पढ़ाई का सुपना है कि 5 क्लासां ही कीतियां शायद उन्हें तो बाद चो घर दे हालात इदां दे कि पढ़ाई छड्डनी पैगी। अगर हुण बेटी अगों पढ़ना चाहती है तो किस तरह परिवार की मदद की जा सकती? सिर्फ तुहाडी सोसायटी वल्लों की जाएगी जां होर सोसायटियां नूं भी आने वाले समय से नाल लिता जाएगा? मैं तो सारिया सोसायटियां अगे अपील करदा कि जिवें दसवंध कढ़ के इस तरीके के परिवारों की मदद की जाए कि सिक्ख्या तो कोई वांझा नहीं रहना चाहिए। अज जिहड़ा वा साडू हनेरे नूं खत्म करन दा इक्को इक माध्यम है साडी सिक्ख्या ਉਹੀ ਜਿਹੜਾ ਵਾ ਹਨੇਰੇ ਦੇ ਵਿੱਚ ਚਾਨਣ ਪੈਦਾ ਕਰ ਸਕਦੀ ਹੈ ਅਤੇ ਰੋਸ਼ਨੀ ਦੇਣਾ ਸਾਡਾ ਫਰਜ਼ ਆ। ਔਰ ਮੈਂ ਇਹਨਾਂ ਨੂੰ ਪ੍ਰੋਮਿਸ ਕਰਦਾ ਕਿ ਜਿੱਥੇ ਵੀ ਪੜ੍ਹਾਈ ਨਾਲ ਰਿਲੇਟਿਡ ਕਿਸੇ ਵੀ ਚੀਜ਼ ਦੀ ਲੋੜ ਪਏਗੀ ਐਡਮਿਸ਼ਨ ਨਾਲ ਰਿਲੇਟਿਡ ਬੁੱਕਸ ਨਾਲ ਰਿਲੇਟਿਡ ਈਵਨ ਕਿ ਫਰੀ ਟਿਊਸ਼ਨ ਨਾਲ ਰਿਲੇਟਿਡ ਵੀ ਅਸੀਂ ਇਹਨਾਂ ਦੀ ਮਦਦ ਕਰਾਂਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜਾ ਸਮਾਨ ਜਿਹੜਾ ਹੈ ਸੁਸਾਇਟੀ ਵੱਲੋਂ ਇੱਥੇ ਆ ਕੇ ਪਰਿਵਾਰ ਨੂੰ ਦਿੱਤਾ ਗਿਆ ਹੈ ਤੋਂ ਸ਼ਬਦ ਜਿਹੜੇ ਆ ਉਹ ਸਾਡੇ ਖੁਦ ਨਹੀਂ ਸਾਨੂੰ ਸਮਝ ਆ ਰਹੇ ਕਿ ਕੀ ਕਿਹਾ ਜਾਵੇ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਦੋ ਭੈਣ ਭਰਾ ਜਿਹੜੇ ਬਲਾਈਂਡ ਹੈ ਅਤੇ ਉਹਨਾਂ ਦੀ ਬੇਟੀ ਘਰ ਨੂੰ ਚਲਾ ਰਹੀ ਹੈ। ਅਸੀਂ ਹੋਰ ਮੈਂਬਰ ਆ ਗੱਲਬਾਤ ਕਰਦੇ ਸੂਰੀ ਸਾਹਿਬ ਕੀ ਕਹੋਗੇ ਚੇਅਰਮੈਨ ਜੇ ਸੁਸਾਇਟੀ ਦੇ ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਹੈ ਸੋ ਸਭ ਸ਼ਬਦ ਨਹੀਂ ਆਉਂਦੇ ਕਿਸ ਤਰ੍ਹਾਂ ਟੈਕਲ ਕਰਦੇ ਜੇ ਪਹਿਲੇ ਪਰਿਵਾਰ ਨੂੰ ਕਿ ਹਾਂ ਵੀ ਆਪਾਂ ਇੰਨਾ ਸਮਾਨ ਦੇਵਾਂਗੇ? ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਪੁਰਬ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਵਧਾਈਆਂ ਜੀ। ਵੀ ਜਦੋਂ ਮੈਂ ਇਹ ਵੀਡੀਓ ਆਪਣੇ ਫੇਸਬੁੱਕ ਦੇ ਉੱਪਰ ਮੀਡੀਆ ਦਾ ਹੀ ਦੇਖੀ ਸੀ ਤਾਂ ਮੈਂ ਉਸੇ ਵੇਲੇ ਆਪਣੀ ਸੁਸਾਇਟੀ ਮੈਂਬਰਾਂ ਦੇ ਨਾਲ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਅਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਇਸ ਪਰਿਵਾਰ ਦੀ ਹੈਲਪ ਕਰਨੀ ਹੈ ਜੀ। ਮੈਂ ਅਤੇ ਸਾਡੇ ਪ੍ਰਧਾਨ ਸਾਹਿਬ ਕਸ਼ਮੀਰ ਸੋਤਾ ਜੀ ਨੇ ਇਹਨਾਂ ਦੇ ਘਰ ਆ ਕੇ ਪਹਿਲਾਂ ਇਸ ਤੋਂ ਪਹਿਲਾਂ ਵਿਜ਼ਿਟ ਕੀਤੀ ਸੀ। ਵਿਜ਼ਿਟ ਕਰਕੇ ਇਹਨਾਂ ਦੀ ਇੱਕ ਵੀਡੀਓ ਅਸੀਂ ਬਣਾਈ ਸੀ ਸਾਰਾ ਦੇਖਿਆ ਸੀ ਵੀ ਇਹ ਬੇਟੀ ਕਿੱਦਾਂ ਕੀ ਕਰਦੀ ਹੈ ਕੁਛ ਇੱਟਾਂ ਦਾ ਚੁੱਲ੍ਹਾ ਸੀ ਜਾਂ ਹੋਰ ਵੀ ਜਿੰਨਾ ਕੋਈ ਇੰਨਾ ਕੋਈ ਸਮਾਨ ਨਹੀਂ ਸੀਗਾ ਉਹ ਅਸੀਂ ਇੱਕ ਦਿਨ ਚੁਣਿਆ ਵੀ ਅੱਜ ਦਾ ਗੁਰਪੁਰਬ ਵਾਲਾ ਦਿਨ
भी इस दिन असी इस परिवार के पिंड थांदे दे विच आके असी इन्हां दी मदद करनी है। तो वो अज मैं अपने सारे ही सोसायटी मैंबरां दे सहयोग के नाल इस इन परिवार की मदद करके चले हाँ जी। जी बिल्कुल, जेड़े है परिवार की मदद है सोसायटी वालों की गई है। हालांकि ब्लाइंड फैमिली है जिदा थोनों दस्या, तो एक बेटी है, बेटी भी मौजूद है। गलबात करते हैं बेटा, बेटा 16 साल की उम्र है, मंग के गुजारा करते हो, हूँ सोसायटी वालों राशन का समान सारा दिता गया, किस तरह का महसूस हो रहा है? बहुत वधिया, सानू बस धन धनवाद है भी समान मिल गया, हूँ गया करन दी लोड़ नहीं है, हूँ घर बनावा सारा कुछ। तो पढ़ाई की जा सकती है अगर पढ़ाने तो? हाँ जी पढ़ सकती हूँ, हूँ पैसे नहीं है तो मजबूरी करके पढ़े नहीं, डैडी ने टालिया सी तो गया करके तो मंग के खाने। तो छोटी उम्र है, किस तरह पापा तो भूआ हैंडल कर पाते, क्योंकि अखा तो वाझे काफ़ी मुश्किल होंगी होनी? वाह वाह मुश्किल होंगी है, उन्होंने दोवें जाने तो दीदा नहीं है, उन्होंने बहा के गड्डी तो मैं चलानी गड्डी तो मैं खड़ती उन्होंने कि। तो ये परिवार की लड़की सी जिहड़ी इन्हां नूं टैकल करती है, जिहड़ा मंग के परिवार गुजारा करता सी, तां अज सोसायटी वालों इस परिवार नाल रीच करके इस परिवार नूं जिहड़ा है जरूरत का समान जिहड़ा है वह आ के दिता गया, तो हुण परिवार च भी काफ़ी खुशी का माहौल जिहड़ा देखण नूं मिल रहा है। मुकेश मेहरा, विजन पंजाब टीवी, अमृतसर।